ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25,000 ਹੋਰ ਜਿਹੜੀਆਂ ਅਨਆਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਵੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਖੋ ਖੋ ਕੇ ਇਹਨਾਂ ਨੇ ਮਾਰਿਆ। ਸੋ ਸਿੱਖ ਪੰਥ ਦੇ ਵਿੱਚ ਇਹ ਵਿਦਵਤਾ ਰਹੀ, ਗੁਰੂ ਸਾਹਿਬ ਜੀ ਕਿਰਪਾ ਕਰਨ, ਸ਼ਹੀਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਅਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ੱਦਦ ਤੋਂ ਕਦੇ ਬਾਜ਼ ਨਹੀਂ ਆਈਆਂ। ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ, ਸਿਰ ਦੇਣ ਵਾਲੇ ਨਹੀਂ ਮੁੱਕਦੇ। ਸੋ ਉਹਨਾਂ ਦੇ ਅੱਜ ਸਨਮੁੱਖ ਇਹ ਜਿਹੜਾ ਸ਼ਹੀਦੀ ਦਿਹਾੜਾ, ਅੱਜ ਉਹਨਾਂ ਦੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਮਨਾਇਆ ਗਿਆ ਆ। ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਆ ਨਾ, ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ, ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ SSP ਤੁਰੰਤ ਬਦਲੇ ਗਏ, ਉਸ ਵੇਲੇ ਦੇ ਅਫਸਰ ਬਦਲੇ ਗਏ। ਇਹ ਬਸ਼ਰਮਾ ਨੂੰ ਤਾਂ ਪੁੱਛੋ, ਅੱਜ ਸਾਰੇ ਕੌਂਕੇ ਸਾਹਿਬ ਸੁੱਤੇ ਪਏ ਸੀ ਉੱਦਣ ਦੇ। ਜਦੋਂ ਮੈਨੂੰ ਯਾਦ ਆ ਉਹ ਗੱਲ, ਇਹ ਤਾਂ UP ਤੋਂ ਆਇਆ ਹੈ, ਇਹਨੂੰ ਤਾਂ ਪਤਾ ਹੀ ਕੁਛ ਨਹੀਂ ਪੰਜਾਬ ਦਾ, ਇਹ ਤਾਂ ਬਾਹਰ ਲਾਏ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਅਤੇ ਤੌੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ, ਅਸੀਂ ਉਹਨਾਂ ਦੀ ਲੜਾਈ ਲੜਾਂਗੇ। ਭੋਗ ਜਿੱਦਣ ਸੀ ਉੱਥੇ ਇਹ ਕਹਿ ਕੇ ਗਏ ਅਤੇ ਪਰ ਜਦੋਂ 97 'ਚ ਸਰਕਾਰ ਬਣ ਗਈ, ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ MLA ਸੀ, ਇਹਨਾਂ ਦੀ ਪਾਰਟੀ ਦੇ ਨਹੀਂ ਸੀ, ਅਰਸ਼ੀ ਸਾਹਿਬ ਨੇ ਵਿਧਾਨ ਸਭਾ 'ਚ ਕੁਐਸਚਨ ਕਰਕੇ ਗੱਲ ਪੁੱਛੀ, ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਂਪੁਰ ਦਾਖੇ ਤੋਂ, ਕਿਲ੍ਹਾ ਰੈਪੁਰ ਤੋਂ, ਉਦੋਂ ਹਲਕੇ ਦਾ ਨਾਂ ਸੀ, ਉੱਥੋਂ ਤੁਸੀਂ MLA ਬਣ ਕੇ ਆਏ ਹੋ, ਇਹ ਗੱਲ ਕਹਿ ਕੇ ਆਏ ਹੋ ਅਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ, ਅੱਜ ਮੈਂ ਹੈਰਾਨ ਹਾਂ। SGPC ਕਿਹਦੀ ਆ? SGPC ਮਤਲਬ ਅਕਾਲੀ ਦਲ SGPC ਅੱਜ ਪੁੱਛਦੀ ਕਿਉਂ ਨਹੀਂ? ਅੱਜ ਦਰਬਾਰ ਸਾਹਿਬ 'ਚ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਅਤੇ ਉਸੇ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ, ਉਸੇ ਦਰਬਾਰ ਸਾਹਿਬ 'ਚ ਹਰਸਿਮਰਤ ਕੌਰ ਮੱਥਾ ਟੇਕਣ ਆਉਂਦੀ ਆ, ਉਹਦੇ ਮਜੀਠੀਆ ਸਾਹਿਬ ਆਉਂਦੇ ਨੇ, ਜਦੋਂ ਮੱਥਾ ਟੇਕ ਕੇ ਬਾਅਦ 'ਚੋਂ ਤੁਹਾਡੇ ਦਫ਼ਤਰ 'ਚ ਬਹਿੰਦੇ SGPC ਦੇ, ਤੁਸੀਂ ਤੁਹਾਡੇ ਕੀ ਆ? ਜੇ SGPC ਦੇ ਪ੍ਰਧਾਨ 'ਚ ਜਾਣ ਆ, ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਚ ਹਿੰਮਤ ਆ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ, ਜਿਵੇਂ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਨੇ ਬੰਨਿਆ ਸੀ ਉਸ ਵੇਲੇ, ਇਹਨਾਂ ਨੂੰ ਬੰਨੋ ਵੀ ਕੌਂਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ BP ਧਬਾੜੀ ਨੇ ਦੇ ਤੀ ਅਤੇ ਤੁਸੀਂ 3 ਵਾਰ ਮੁੱਖ ਮੰਤਰੀ ਰਹਿ ਲਏ, 3 ਵਾਰ ਮੁੱਖ ਮੰਤਰੀ, ਅਤੇ ਕੀ ਕੀਤਾ ਤੁਸੀਂ? ਅੱਜ ਹਿਸਾਬ ਤਾਂ ਦੱਸੋ, ਬਹੁ ਬਹੁ ਕਰਦੇ ਫਿਰਦੇ ਹੋ, ਤੁਹਾਡਾ ਹਾਲ ਤਾਂ ਦੇਖੋ, ਤੁਸੀਂ ਕੀ ਕੀਤਾ ਹੈ?